ਉਹ ਸਾਰੇ ਦਾ ਸਾਰਾ ਜੰਗ ਜਿਹੜਾ ਸੀ ਉਹਨੇ ਦੱਸਿਆ, ਜਿੱਦਾਂ ਜਿੱਦਾਂ ਲੜੇ ਮਰੇ, ਉਦਾਂ ਘੋੜੇ ਚੀਂਕਦੇ, ਰੌਲਾ ਪੈਂਦਾ, ਉਸੇ ਤਰ੍ਹਾਂ ਦਾ ਭਰੇ ਉਹਨੇ ਕੈਸਾਂ ਭਰੀਆਂ। ਇਸ ਟਾਈਮ ਬਾਬਾ ਜੀ ਉਹਨਾਂ ਦੇ ਘਰ ਦੇ ਨੇੜੇ ਇੱਕ ਸਕੂਲ ਦੇ ਵਿੱਚ ਸੈਰ ਕਰਨ ਜਾ ਰਹੇ ਹਨ ਜੀ। ਸਕੂਲ ਦੀ ਪਾਰਕ ਬਹੁਤ ਸੁੰਦਰ ਦੇਖਣ ਯੋਗ ਹੈ, ਜੋ ਤੁਸੀਂ ਸਾਹਮਣੇ ਦੇਖ ਰਹੇ ਹੋ। ਹਜ਼ੂਰ ਦੇ ਨਾਲ ਇਸ ਟਾਈਮ ਸਤਨਾਮ ਸਿੰਘ ਜੀ ਹੋਲੈਂਡ ਵਾਲੇ ਫੈਮਿਲੀ ਦੇ ਨਾਲ ਅਤੇ ਪ੍ਰਧਾਨ ਜੀ ਇੰਗਲੈਂਡ ਵਾਲੇ ਸੈਰ ਵਾਸਤੇ ਜਾ ਰਹੇ ਹਨ ਜੀ। ਪਾਰਕ ਦਾ ਕੋਨਾ ਕੋਨਾ ਬਾਬਾ ਜੀ ਨੇ ਆਪਣੇ ਪਵਿੱਤਰ ਚਰਨ ਪਾ ਕੇ ਖੁਸ਼ਹਾਲ ਕੀਤਾ ਜੀ। ਫਾਰਮਾਂ ਜਿਹੜੇ ਬਣਾਏ ਨਾ ਆਪਣੇ ਸਤਸੰਗਾਂ ਦੇ ਲਾਗੇ ਬਣੇ ਨਾ, ਜਿਹੜਾ ਪਹਿਲਾਂ ਲਿਖੇ ਨਾ ਜਿਹੜਾ ਅਸੀਂ, ਅੱਛਾ ਜੀ, ਸਾਢੇ 3 ਲੱਖ ਦੀ ਲਿਖੀ ਨਾ ਕਿੰਨਾ, ਅੱਛਾ ਜੀ, ਫਿਰ ਉਹ 9 ਲੱਖ ਦੀ ਵੇਚੀ, ਉਹਦੇ ਪਾਸੇ ਤੋਂ 11 ਲੱਖ ਦੀ ਮਿਲੀ। ਉਹ ਉਹਨਾਂ ਨੇ ਹੁਣ ਬਣਾਇਆ, ਇੰਨਾ ਖੂਬਸੂਰਤ ਹੈ, ਵਿੱਚ ਕੋਠੀ ਪਾਈ ਹੈ, ਅੱਛਾ, ਲਾਈਟਾਂ ਲਗਾਈਆਂ ਨੇ, ਇੱਦਾਂ ਲਾਈਟਾਂ ਲੱਗੀਆਂ ਵਿੱਚੋਂ ਦੇ ਰਸਤੇ, ਵਿੱਚੋਂ ਦੀ ਉਹਨਾਂ ਨੇ ਛੋਟੇ ਛੋਟੇ ਪੌਦੇ ਲਗਾਏ, ਅੱਛਾ, ਕਲੀਆਂ ਬਣਾਈਆਂ, ਪੱਥਰ ਲਾ ਲਾ ਕੇ ਫਿਰ ਉਹ ਡੈਕੋਰੇਟ ਕੀਤਾ, ਪਾਣੀ ਚਸ਼ਮੇ ਜਿਹਾ ਸੁੱਕਿਆ ਨਾ, ਅੱਛਾ, ਉਹ ਨਹੀਂ ਇੱਥੇ ਨਹੀਂ ਬਣੀ, ਬੜੀ ਪਿਆਰੀ ਚੀਜ਼ ਲਾਈ ਬਣੀ, ਬਣਾਇਆ ਪਰ ਬਹੁਤ ਖੂਬਸੂਰਤ ਹੈ, ਇੱਕ ਨਹੀਂ ਹੈਗਾ, ਬਹੁਤ ਸਾਰੇ ਬਣੇ ਹੋਏ, ਅਤੇ ਉਹ ਉਹਨਾਂ ਨੇ ਕਿਹਾ ਵੀ ਜਿੰਨੇ ਜਦੋਂ ਬਾਬਾ ਜੀ ਉੱਤੇ ਆਉਣ ਉਹਦਾ ਗੇਟ ਖੋਲ ਦਿੰਦੇ, ਉਹ ਕਹਿੰਦੇ ਕੋਠੀ ਵੀ ਤੁਸੀਂ ਸਾੜੀ ਬਣਾ, ਬੜੀ ਸੋਹਣੀ ਬਣਾ ਲਈ, ਸੈਰਗਾਹ ਬਹੁਤ ਵਧੀਆ ਬਣੀ, ਲਾਈਟਾਂ ਜਿਹੜੇ ਜਗਦੀਆਂ ਸਾਰੀਆਂ ਲਾਈਟਾਂ, ਤਰ੍ਹਾਂ ਤਰ੍ਹਾਂ ਦੀਆਂ ਲਾਈਟਾਂ ਲੱਗਦੀਆਂ, ਜਿਹੜੇ ਇੱਥੇ ਨਹੀਂ ਹੈ ਕੋਈ ਖੁੱਲ੍ਹਾ ਹੋ ਗਿਆ
ਛੜਕ ਦੇ ਲੱਗ ਗਿਆ ਜਾਣਾ ਬਰਛੇ ਪਰਿਵਾਰਾਂ ਲੜਦੇ ਰੱਬ ਵਿੱਚ ਇੱਕ ਦੂਜੇ ਨੂੰ ਮਾਰਦੇ ਚੀਂਕਦੇ ਉਦਾਂ ਦੇ ਘੋੜੇ ਨੂੰ ਚੀਂਕਦੇ ਰੌਲਾ ਪੈਂਦਾ ਪੈਣ ਲੱਗਿਆ ਵੀ ਤੁਸੀਂ ਉਹ ਦੇਖਿਓ ਚਲੋ ਚੰਗਾ ਉਹਨਾਂ ਦਾ ਗੇਂਦੇ ਦੀ ਗੁਲਾਬ ਦੀ ਕਿੰਨੀ ਭਾਸ਼ਾ ਕਿੰਨੀ ਕਿੰਨੀ ਦੂਰੋਂ ਆਉਣ ਲੱਗ ਸਿਆਣੀ ਬਣ ਜਾ ਵੱਡੀ
ਤੇ ਸਤਸੰਗ ਲਾਇਆ ਕਰੇ, ਠੀਕ ਹੈ ਨਾ? ਹੈਂ ਬਾਰਾਂ ਵਜੇ ਤੇ ਸਟੇਜ ਲਾ ਕੇ ਦੇ ਸੰਗਤਾਂ ਤੇ ਬਹਿਸ ਮੁਹਾਸੇ ਦੇ ਦੌੜੋ ਦੌੜੀ ਦੇ ਸਾਧ ਸੰਗਤ ਵਿੱਚ ਸ਼ਾਂਤੀ ਹੈ। ਜਿਹਨੇ ਪਾਈ ਉਹਨੇ ਸਾਧ ਸੰਗਤ ਨੂੰ ਪਾਈ, ਜਵਾਰੀਏ ਜੂਏ ਛੱਡੇ ਸਾਧ ਸੰਗਤ, ਰਾਬੀਆਂ ਸ਼ਰਾਬ ਛੱਡੇ ਸਾਧ ਸੰਗਤ, ਚੋਰਾਂ ਨੇ ਚੋਰੀਆਂ ਛੱਡੀਆਂ ਸਾਧ ਸੰਗਤ ਦੇ ਵਿੱਚ। ਸਾਧ ਸੰਗਤ ਬੜੀ ਉੱਚੀ ਵਾਪਸ ਜਾਂਦੇ ਹੋਏ ਥੱਲੇ ਰੈਸਟੋਰੈਂਟ ਵਿੱਚ ਚਰਨ ਪਾਣ ਆਏ। ਦੇਖੀ ਬਾਬਾ ਜੀ ਕਿੱਥੇ ਆ? ਕਿੱਲਾ ਲੈ ਲਓ, ਕਿੱਲਾ ਕਿੱਲਾ ਨੀ ਲੈ, ਕਿੱਲਾ ਲੈ ਲਓ, ਕਿੱਲਾ ਨਹੀਂ ਲੈਣਾ, ਲੈ ਲਓ ਕਿੱਲਾ, ਕਿੱਲਾ ਤੂੰ। ਇਸ ਟਾਈਮ ਜੋ ਦੇਖ ਰਹੇ ਹੋ, ਬਾਬਾ ਜੀ ਪ੍ਰਸ਼ਾਦ ਵੰਡ ਰਹੇ ਹਨ ਸੰਗਤ ਵਿੱਚ। ਵਾਪਸ ਕਰਨਾ ਪੈਂਦਾ ਜਿੰਨਾ ਚਿਰ ਲੈ ਲਿਆ, ਉਹ ਸੋਚਦੇ
ਕੇ ਪੈਸਾ ਵੀ ਲੈ ਰਿਹਾ ਤੇ ਕੰਮ ਵੀ ਕਰ ਰਿਹਾ। ਪੇਪਰ ਜਿਹਦੇ ਪੇਪਰ ਨਹੀਂ ਉਹਨੂੰ ਗੌਰਮੈਂਟ ਪੈਸੇ ਦਿੰਦੀ? ਮੇਰੇ ਕੋਈ ਪੇਪਰ ਇਹ ਲੈਣ ਵਾਸਤੇ ਸੀਨ ਦੇਖ ਰਹੇ ਹੋ। ਬਾਬਾ ਜੀ ਇਸ ਟਾਈਮ ਮਦਰਿਯਮ ਪੈਲਸ ਇੱਕ ਬਹੁਤ ਅੱਛੀ ਜਗ੍ਹਾ ਹੈ ਜਿਸ ਨੂੰ ਮਿੰਨੀ ਹੋਲੈਂਡ ਬੋਲਦੇ ਹਨ, ਉਹ ਦੇਖਣ ਵਾਸਤੇ ਜਾ ਰਹੇ ਹਨ। ਇੱਥੋਂ ਦੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਬਾਬਾ ਜੀ ਨੂੰ ਅਰਜ ਕਰਕੇ ਉੱਥੇ ਨਾਲ ਲੈ ਕੇ ਚੱਲੇ ਹਨ। ਇਹ ਰਸਤੇ ਦਾ ਸੀਨ ਦੇਖ ਰਹੇ ਹੋ। ਮਦੁਰਿਯਮ ਪੈਲਸ ਪਹੁੰਚ ਗਏ। ਇੱਥੋਂ ਟਿਕਟਾਂ ਲੈਤੀਆਂ ਜਾ ਰਹੀਆਂ ਹਨ ਔਰ ਅੰਦਰ ਐਂਟਰਸ ਕਰਨੀ ਹੈ। ਫਿਰ ਬਿੱਟੂ ਤੂੰ ਗਈ ਇੱਦਾਂ ਕੀ ਪ੍ਰੋਗਰਾਮ ਤੇਰਾ? ਠੀਕ ਠਾਕ ਹੋ ਸਾਰਾ ਸੀਨ ਤੁਸੀਂ ਦੇਖ ਰਹੇ ਹੋ। ਜੋ ਕੁਛ ਵੀ ਇੱਥੇ ਛੋਟਾ ਛੋਟਾ ਸਮਾਨ ਬਣਿਆ ਦੇਖ ਰਹੇ ਹੋ, ਇਹ ਸਭ ਮਿੰਨੀ ਹੋਲੈਂਡ ਜੋ ਕਿ ਹੋਲੈਂਡ ਸ਼ਹਿਰ ਵਿੱਚ ਬਣਿਆ ਹੋਇਆ ਹੈ, ਉਹ ਇਸ ਜਗ੍ਹਾ 'ਤੇ ਬਣਾ ਕੇ ਸੈੱਟ ਕੀਤਾ ਗਿਆ ਹੈ। ਇੱਥੇ ਹਜ਼ਾਰੋਂ ਲੋਕ ਰੋਜ਼ ਆ ਕੇ ਦੇਖਣ ਆਉਂਦੇ ਹਨ ਅਤੇ ਆਪਣਾ ਆਨੰਦ ਮਾਣਦੇ ਹਨ। ਇਹ ਇੱਕ ਪਿਕਨਿਕ ਸਪੋਟ ਟਾਈਪ ਜਗ੍ਹਾ ਬਣੀ ਹੋਈ ਹੈ। ਦੇਖਣ ਯੋਗ ਹੈ ਜੋ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ, ਬਹੁਤ ਸੂਰਤ ਲੱਗ ਰਹੀ ਹੈ। Thank you.
شلون تمشي بابا بابا هذا البوت شلون يمشي؟ ਜਗ੍ਹਾ ਜਗ੍ਹਾ ਦੇ ਪਲੇਨ ਖੜ੍ਹੇ ਹਨ ਔਰ ਚਲਦੇ ਦਿਖਾ ਰਹੇ ਨੇ ਕਿਤੇ ਪਾਣੀ ਕਿਤੇ ਬੱਸਾਂ ਦਾ ਅੱਡਾ ਕਿਤੇ ਚਰਚ ਔਰ ਕਿਤੇ ਟ੍ਰੇਨਾਂ ਚਲਦੀਆਂ ਦੇਖ ਰਹੇ ਹੋ ਇਹ ਸਭ ਛੋਟੀ ਜਿਹੀ ਜਗ੍ਹਾ ਵਿੱਚ ਹੀ ਉਹਨਾਂ ਨੇ ਕਾਰੀਗਰੀ ਕੀਤੀ ਹੋਈ ਹੈ ਲੋਕ ਆ ਕੇ ਦੇਖਦੇ ਹਨ ਔਰ ਅਤੇ ਬੜੇ ਖੁਸ਼ ਹੁੰਦੇ ਹਨ ਬੜੀ ਖੂਬਸੂਰਤ ਜਗ੍ਹਾ ਬਣੀ ਹੈ ਬਾਬਾ ਜੀ ਇੱਕ ਸਾਈਡ 'ਤੇ ਬੈਠ ਕੇ ਦੇਖ ਰਹੇ ਹਨ Thank you.
ਦਬੇ ਤਾਂ ਉਧਰ ਬਟਨ ਚੰਗੀ ਅੱਛਾ
一样的。 राजू चलो बाबा जी को छेती दौड़ो कहते न्याय पाने कर रहे हैं मेरी मामा नहीं करती
ਮੈਂ ਕਿਹਾ ਠੀਕ ਹੈ ਮੈਂ ਕੋਈ ਨਹੀਂ ਕਰ ਰਹੀ ਮੇਰਾ ਡੇਡੀ ਨਹੀਂ ਕਰਦਾ ਭਾਈ ਸਾਹਿਬ
ਗੱਡੀ ਵਿੱਚ ਸਰਦਾਰ ਗੁਰਮੇਜ ਸਿੰਘ ਜੀ ਦੇ ਘਰ ਬਾਬਾ ਜੀ ਵਾਪਸ ਆ ਗਏ ਨੇ ਜੀ। ਸਾਰੇ ਲਿਆ ਮੈਂ ਬਾਬਾ ਜੀ ਇੱਕ ਵਾਰ ਗੁਰੂ ਪ੍ਰਸਾਦ ਬੜਾ ਸਵਾਦ ਮੈਂ ਤੁਹਾਨੂੰ ਸਾਰਿਆਂ ਲੈ ਲੈਂਦੇ ਪ੍ਰਸਾਦ ਬਚ ਗਿਆ ਮੈਨੂੰ ਦਿਓ ਥੋੜ੍ਹਾ ਹੋਰ ਜਾਣਾ ਬਾਬਾ ਦੋੜਾ ਕੱਪਾ ਮਿਲੂਗਾ ਸ਼ੋਰ
Right?
ਆਇਆ ਬਹਿ ਜਾ ਆਰਾਮ ਕਰਕੇ ਬੜੀ ਜ਼ਰੂਰੀ ਹੈ।
ਨਹੀਂ ਰੋਮਾ ਨਹੀਂ ਹੈਗਾ ਚੰਡੀਗੜ੍ਹ ਹੈ ਚੰਡੀਗੜ੍ਹ
Thank you.